ਸਵਾਗਤ ਕੀਤਾ ਜਾਂਦਾ ਜੀ ਤੁਹਾਡੇ ਆਪਣੇ ਚੈਨਲ Wi-Fi Exam Study ਦੇ ਵਿੱਚ ਮਹਿੰਦਰ ਅੱਜ ਆਪਾਂ ਪੋਲੀਟੀਕਲ ਸਾਇੰਸ ਦੀ ਜੋ ਟੈਸਟ ਸੀਰੀਜ਼ ਚੱਲ ਰਹੀ ਹੈ ਉਸ ਦਾ ਦੂਸਰਾ ਪਾਰਟ ਕਵਰ ਕਰਾਂਗੇ ਜਿਸ ਦੇ ਵਿੱਚ ਕੀ ਟੌਪ ਦੇ MCQ ਨੇ ਕਿ ਜਿਹੜੇ ਉਹ ਪੁੱਛੇ ਜਾਂਦੇ ਨੇ ਜੇਕਰ ਤੁਸੀਂ ਇਸ ਦਾ ਪਹਿਲਾ ਪਾਰਟ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਚੈਨਲ ਦੀ ਪਲੇਲਿਸਟ ਦੇ ਵਿੱਚ ਜਾ ਕੇ ਉਸ ਨੂੰ ਦੇਖ ਸਕਦੇ ਹੋ ਜੀ ਤਾਂ ਚਲੋ ਵੀਡੀਓ ਸ਼ੁਰੂ ਕਰਦੇ ਹਾਂ ਜੀ ਪ੍ਰਸ਼ਨ ਨੰਬਰ 1 ਭਾਰਤੀ ਸੰਸਦ ਦਾ ਜਨਤਾ ਦੁਆਰਾ ਚੁਣਿਆ ਸਦਨ ਕਿਹੜਾ ਹੁੰਦਾ ਹੈ ਤਾਂ ਕਿਹੜਾ ਹੁੰਦਾ ਵਾ ਜੀ ਉਹ ਹੁੰਦਾ ਵਾ ਆਪਸ਼ਨ ਨੰਬਰ 2 ਲੋਕ ਸਭਾ ਜਨਤਾ ਦੁਆਰਾ ਚੁਣਿਆ ਗਿਆ ਸਦਨ ਲੋਕ ਸਭਾ ਨੂੰ ਕਿਹਾ ਜਾਂਦਾ ਹੈ ਪ੍ਰਸ਼ਨ ਨੰਬਰ 2 ਹੇਠ ਲਿਖਿਆਂ ਵਿੱਚੋਂ ਮੰਤਰੀ ਪਰਿਸ਼ਦ ਸਮੂਹਿਕ ਤੌਰ ਤੇ ਕਿਸ ਦੇ ਪ੍ਰਤੀ ਉੱਤਰਦਾਈ ਹੁੰਦਾ ਹੈ ਕਿਸ ਦੇ ਪ੍ਰਤੀ ਉੱਤਰਦਾਈ ਹੁੰਦਾ ਹੈ ਜੀ ਤਾਂ ਹੁੰਦਾ ਵਾ ਜੀ ਆਪਸ਼ਨ ਨੰਬਰ 3 ਲੋਕ ਸਭਾ ਦੇ ਲਈ ਜਿਹੜਾ ਮੰਤਰੀ ਪਰਿਸ਼ਦ ਆ ਉਹ ਸਮੂਹਿਕ ਤੌਰ ਤੇ ਜਿਹੜਾ ਉੱਤਰਦਾਇ ਹੁੰਦਾ ਵਾ ਲੋਕ ਸਭਾ ਨੂੰ ਪ੍ਰਸ਼ਨ ਨੰਬਰ 10 ਕੈਸ ਆਰਟੀਕਲ ਦੇ ਅੰਦਰ ਮੁੱਖ ਮੰਤਰੀ ਦੇ ਕੰਮਾਂ ਦੇ ਬਾਰੇ ਜ਼ਿਕਰ ਆਉਂਦਾ ਹੈ ਤਾਂ ਕੈਸ ਆਰਟੀਕਲ ਦੇ ਵਿੱਚ ਮੁੱਖ ਮੰਤਰੀ ਦੇ ਕੰਮਾਂ ਦੇ ਬਾਰੇ ਜ਼ਿਕਰ ਆਉਂਦਾ ਵਾ ਜੀ ਤਾਂ ਉਹ ਹੁੰਦਾ ਵਾ ਜੀ ਆਰਟੀਕਲ ਨੰਬਰ 167 ਦੇ ਵਿੱਚ ਆਪਸ਼ਨ ਨੰਬਰ 3 ਜਿਹੜਾ ਆਪਣੇ ਕੋਲ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 4 ਹੇਠ ਲਿਖਿਆਂ ਵਿੱਚੋਂ ਕੌਣ ਲੋਕਪਾਲ ਚੋਣ ਕਮੇਟੀ ਦਾ ਮੈਂਬਰ ਨਹੀਂ ਹੁੰਦਾ ਲੋਕਪਾਲ ਚੋਣ ਕਮੇਟੀ ਦਾ ਮੈਂਬਰ ਕੌਣ ਨਹੀਂ ਹੁੰਦਾ ਜੀ ਤਾਂ ਉਹ ਨਹੀਂ ਹੁੰਦਾ ਜੀ ਰਾਸ਼ਟਰਪਤੀ অপਸ਼ਨ ਨੰਬਰ 4 ਆ ਜਿਹੜਾ ਆਪਣੇ ਕੋਲ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 5 ਰਾਸ਼ਟਰਪਤੀ ਦੁਆਰਾ ਰਾਜ ਸਭਾ ਦੇ ਮੈਂਬਰਾਂ ਨੂੰ ਚੁਣਨ ਦੀ ਵਿਧੀ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ਕਿਸ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ ਜੀ অপশন নাম্বার 2 আয়ারল্যান্ড ਦੇ ਰਾਸ਼ਟਰਪਤੀ ਰਾਜ ਸਭਾ ਦੇ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰਦਾ ਉਹ ਕਰਦਾ ਵਾ ਜੀ 12 ਤੇ ਦੋ ਜਿਹੜੇ ਕਰਦਾ ਵਾ ਉਹ ਲੋਕ ਸਭਾ ਦੇ ਵਿੱਚ ਕਰਦਾ ਵਾ ਕੁੱਲ ਮਿਲਾ ਕੇ ਜਿਹੜੀ ਸੰਖਿਆ ਹੈਗੀ ਉਹ 14 ਹੋ ਜਾਂਦੀ ਹੈ ਪ੍ਰਸ਼ਨ ਨੰਬਰ 6 ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਕੌਣ ਕਰਦਾ ਹੈ ਤਾਂ ਸੁਪਰੀਮ ਕੋਰਟ ਦੇ ਜੱਜਾਂ ਦੀ ਜਿਹੜੀ ਨਿਯੁਕਤੀ ਹੈ ਉਹ ਰਾਸ਼ਟਰਪਤੀ ਕਰਦਾ ਹੈ ਜੀ ਪ੍ਰਸ਼ਨ ਨੰਬਰ 7 ਭਾਰਤ ਦੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜ਼ਿਕਰ ਸੰਵਿਧਾਨ ਦੀ ਕਿਸ ਅਨੁਸੂਚੀ ਦੇ ਅੰਦਰ ਹੈ ਭਾਰਤ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਜ਼ਿਕਰ ਸੰਵਿਧਾਨ ਦੀ ਕਿਸ ਅਨੁਸੂਚੀ ਅੰਦਰ ਹੈ ਤਾਂ ਉਹ ਹੈ ਜੀ ਅਨੁਸੂਚੀ 1 ਦੇ ਅੰਦਰ ਪ੍ਰਸ਼ਨ ਨੰਬਰ 8 ਰਾਸ਼ਟਰਪਤੀ ਪਦ ਦੀਆਂ ਚੋਣਾਂ ਲਈ ਕਿਹੜੀ ਵਿਧੀ ਵਰਤੀ ਜਾਂਦੀ ਹੈ ਕਿਹੜੀ ਵਿਧੀ ਵਰਤੀ ਜਾਂਦੀ ਹੈ ਜੀ ਅਪਰਤਕ ਵਿਧੀ ਆਪਸ਼ਨ ਨੰਬਰ 2 ਆ ਜਿਹੜਾ ਆਪਣੇ ਕੋਲ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 9 ਆਜ਼ਾਦ ਭਾਰਤ ਦਾ ਪਹਿਲਾ ਬਜਟ ਕਿਸ ਨੇ ਪੇਸ਼ ਕੀਤਾ ਸੀ ਕਿਸ ਨੇ ਪੇਸ਼ ਕੀਤਾ ਸੀਗਾ ਜੀ ਆਰ ਕੇ ਸੇਠੀ ਨੇ ਆਪਸ਼ਨ ਨੰਬਰ 3 ਆ ਜਿਹੜਾ ਆਪਣੇ ਕੋਲ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 10 ਭਾਰਤ ਦੇ ਰਾਸ਼ਟਰਪਤੀ ਤੇ ਮਹਾ ਵਿਯੋਗ ਲਗਾਉਣਾ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਹੈ ਕਿਸ ਦੇਸ਼ ਦੇ ਸੰਵਿਧਾਨ ਤੋਂ ਲਿਆ ਗਿਆ ਜੀ ਆਪਸ਼ਨ ਨੰਬਰ 3 ਅਮਰੀਕਾ ਦੇ ਤੋਂ ਪ੍ਰਸ਼ਨ ਨੰਬਰ 11 ਕਿਹੜੀ ਲੋਕ ਸਭਾ ਦਾ ਕਾਰਜਕਾਲ ਲਗਭਗ 6 ਸਾਲਾਂ ਤੱਕ ਦਾ ਸੀ वैसे ਜਿਹੜੀ ਲੋਕ ਸਭਾ ਦਾ ਜਿਹੜਾ ਕਾਰਜਕਾਲ ਉਹ 5 ਸਾਲ ਦਾ ਹੁੰਦਾ ਵਾ ਪਰ ਇੱਥੇ ਪੁੱਛਿਆ ਗਿਆ ਵਾ ਵੀ ਅਜੇ ਹੀ ਕਿਹੜੀ ਲੋਕ ਸਭਾ ਸੀ ਜਿਸ ਦਾ ਜਿਹੜਾ ਕਾਰਜਕਾਲ ਸੀ ਉਹ ਲਗਭਗ 6 ਸਾਲਾਂ ਤੱਕ ਦਾ ਸੀ ਤੇ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ অপਸ਼ਨ ਨੰਬਰ 1 5ਵੀਂ ਲੋਕ ਸਭਾ ਦਾ 5ਵੀਂ ਲੋਕ ਸਭਾ ਦਾ ਜਿਹੜਾ ਕਾਰਜਕਾਲ ਸੀ ਲਗਭਗ 6 ਸਾਲਾਂ ਤੱਕ ਦਾ ਸੀ ਪ੍ਰਸ਼ਨ ਨੰਬਰ 12 ਹੇਠ ਲਿਖਿਆਂ ਵਿੱਚੋਂ ਕੌਣ ਆਪਣੇ ਪਦ ਦੀ ਸੌ ਨਹੀਂ ਚੁੱਕਦਾ ਕੌਣ ਨਹੀਂ ਚੁੱਕਦਾ ਜੀ ਤੌ ਨਹੀਂ ਚੁੱਕਦਾ ਜੀ ਸਪੀਕਰ অপশন ਨੰਬਰ 4 ਆ ਜਿਹੜਾ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 13 ਭਾਰਤੀ ਸੰਵਿਧਾਨ ਦਾ ਕਿਹੜਾ ਆਰਟੀਕਲ ਭਾਰਤ ਦੀ ਵਿਦੇਸ਼ ਨੀਤੀ ਦੇ ਨਾਲ ਸੰਬੰਧਿਤ ਹੈ ਤਾਂ ਕਿਹੜਾ ਆਰਟੀਕਲ ਆ ਜੀ ਜਿਹੜਾ ਭਾਰਤ ਦੀ ਵਿਦੇਸ਼ ਨੀਤੀ ਦੇ ਨਾਲ ਸੰਬੰਧਿਤ ਹੈ ਉਹ ਹੈ ਜੀ ਆਰਟੀਕਲ ਨੰਬਰ 51 ਆਪਸ਼ਨ ਨੰਬਰ 4 ਆਪਣੇ ਕੋਲ ਉਹ ਰਾਈਟ ਆ ਜਾਊਗਾ ਪ੍ਰਸ਼ਨ ਨੰਬਰ 14 ਸੁਪਰੀਮ ਕੋਰਟ ਦੇ ਜੱਜਾਂ ਦੀ ਸੰਖਿਆ ਕੌਣ ਵਧਾ ਸਕਦਾ ਹੈ ਸੁਪਰੀਮ ਕੋਰਟ ਦੇ ਜੱਜਾਂ ਦੀ ਸੰਖਿਆ ਕੌਣ ਵਧਾ ਸਕਦਾ ਵਾ ਜੀ ਤੋਂ ਵਧਾ ਸਕਦਾ ਵਾ ਜੀ ਸੰਸਦ ਆਪਸ਼ਨ ਨੰਬਰ 3 ਆਪਣੇ ਕੋਲ ਰਾਈਟ ਆ ਜਾਊਗਾ। ਪ੍ਰਸ਼ਨ ਨੰਬਰ 15 ਲੋਕ लेखा कमिटी ਆਪਣੀ ਰਿਪੋਰਟ ਕਿਸ ਅੱਗੇ ਪੇਸ਼ ਕਰਦੀ ਹੈ? ਜਿਹੜੀ ਲੋਕ लेखा कमिटी ਆ ਉਹ ਆਪਣੀ ਰਿਪੋਰਟ ਆ ਗਈ ਕਿਸ ਦੇ ਅੱਗੇ ਪੇਸ਼ ਕਰਦੀ ਹੈ ਜੀ? ਤਾਂ ਰਾਈਟ ਆਨਸਰ ਆਊਗਾ ਜੀ ਆਪਸ਼ਨ ਨੰਬਰ 1 ਲੋਕ ਸਭਾ ਦੇ। ਲੋਕ लेखा कमिटी ਆ ਜਿਹੜੀ ਆਪਣੀ ਰਿਪੋਰਟ ਲੋਕ ਸਭਾ ਦੇ ਅੱਗੇ ਪੇਸ਼ ਕਰਦੀ ਹੈ। ਪ੍ਰਸ਼ਨ ਨੰਬਰ 16 ਭਾਰਤੀ ਸੰਵਿਧਾਨ ਦੇ ਕਿਸ ਆਰਟੀਕਲ ਅੰਦਰ ਲਿਖਿਆ ਗਿਆ ਹੈ ਕਿ ਭਾਰਤ ਸਰਕਾਰ ਦਾ ਫਰਜ ਹੈ ਕਿ ਉਹ ਬਾਹਰੀ ਹਮਲੇ ਅਤੇ ਅੰਦਰੂਨੀ ਅਸਾਂਤੀ ਤੋਂ ਰਾਜ ਦੀ ਰੱਖਿਆ ਕਰੇ ਤਾਂ ਕਿਸ ਆਰਟੀਕਲ ਦੇ ਵਿੱਚ ਲਿਖਿਆ ਗਿਆ ਜੀ ਇਹ ਲਿਖਿਆ ਗਿਆ ਵਾ ਜੀ ਆਰਟੀਕਲ ਨੰਬਰ 355 ਦੇ ਵਿੱਚ ਆਪਸ਼ਨ ਨੰਬਰ 3ੰਨਾ ਆਪਣੇ ਕੋਲ ਉਹ ਰਾਈਟ ਆ ਜਾਊਗਾ ਪ੍ਰਸ਼ਨ ਨੰਬਰ 17 ਕਿਸ ਨੇ ਕਿਹਾ ਸੀ ਕਿ ਰਾਸ਼ਟਰਪਤੀ ਦਾ ਐਮਰਜੈਂਸੀ ਲਗਾਉਣ ਦਾ ਅਧਿਕਾਰ ਆ ਜਿਹੜਾ ਉਹ ਸੰਵਿਧਾਨ ਦੇ ਨਾਲ ਧੁੱਖ ਹੈ ਕਿਸ ਨੇ ਕਿਹਾ ਸੀਗਾ ਜੀ ਤਾਂ ਉਹ ਕਿਹਾ ਸੀਗਾ ਜੀ ਕੇ ਐਨ ਨੰਬੀਆਰ ਨੇ ਆਉਸਨ ਨੰਬਰ 3 ਆਪਣੇ ਕੋਲ ਰਾਈਟ ਆ ਜੂਗਾ ਪ੍ਰਸ਼ਨ ਨੰਬਰ 18 ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਕਦੋਂ ਲਾਗੂ ਹੋਈ ਸੀ ਨਾਲ ਦੀ ਨਾਲ ਤੁਸੀਂ ਜਿਹੜਾ ਜਵਾਬ ਆ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਦੇ ਰਿਹਾ ਕਰੋ ਜੀ ਭਾਰਤ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਕਦੋਂ ਲਾਗੂ ਹੋਈ ਸੀ ਤਾਂ ਉਹ ਹੋਈ ਸੀ ਜੀ 2 ਅਕਤੂਬਰ 1569 ਸਿਕਨ ਆਪਸ਼ਨ ਨੰਬਰ 1ਾ ਜਿਹੜਾ ਆਪਣੇ ਕੋਲ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 19 ਭਾਰਤ ਵਿੱਚ ਸਭ ਤੋਂ ਪਹਿਲਾਂ ਪੰਚਾਇਤੀ ਰਾਜ ਪ੍ਰਣਾਲੀ ਕਿਸ ਰਾਜ ਦੇ ਵਿੱਚ ਲਾਗੂ ਹੋਈ ਸੀ ਇਹ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੋਣਾ ਕਿ ਕਿਹੜੇ ਰਾਜ ਦੇ ਵਿੱਚ ਪੰਚਾਇਤੀ ਰਾਜ ਪ੍ਰਣਾਲੀ ਸਭ ਤੋਂ ਪਹਿਲਾਂ ਲਾਗੂ ਹੋਈ ਸੀ ਤੇ ਇਹਦੇ ਵਿੱਚ ਜਿਹੜਾ ਰਾਈਟ ਆਨਸਰ ਆਊਗਾ ਉਹ ਆਊਗਾ ਆਪਸ਼ਨ ਨੰਬਰ 1 Rajasthan ਦੇ ਵਿੱਚ ਪ੍ਰਸ਼ਨ ਨੰਬਰ B ਪੰਚਾਇਤੀ ਰਾਜ ਪ੍ਰਣਾਲੀ Rajasthan ਦੇ ਕਿਸ ਨਗਰ ਤੋਂ ਲਾਗੂ ਹੋਈ ਸੀ ਤਾਂ ਨਗਰ ਵੀ ਪੁੱਛਿਆ ਜਾਂਦਾ ਬਾਜੀ ਪੇਪਰ ਦੇ ਵਿੱਚ ਤਾਂ ਹੋਈ ਸੀ ਜੀ ਨਗੌਰ ਤੋਂ ਜਿਹੜਾ ਕੀ ਰਾਜਸਥਾਨ ਦਾ ਇੱਕ ਨਗਰ ਹੈ ਪ੍ਰਸ਼ਨ ਨੰਬਰ 21 ਪਹਿਲੀ ਪੰਚਾਇਤੀ ਰਾਜ ਪ੍ਰਣਾਲੀ ਦਾ ਉਦਘਾਟਨ ਕਿਸ ਨੇ ਕੀਤਾ ਸੀ ਪੰਚਾਇਤੀ ਰਾਜ ਪ੍ਰਣਾਲੀ ਦਾ ਉਦਘਾਟਨ ਕਿਸ ਨੇ ਕੀਤਾ ਸੀ ਤੋ ਕੀਤਾ ਸੀਗਾ ਜੀ অপਸ਼ਨ ਨੰਬਰ 2 ਜਵਾਹਰ ਲਾਲ ਨਹਿਰੂ ਨੇ ਪਹਿਲੀ ਪੰਚਾਇਤੀ ਰਾਜ ਪ੍ਰਣਾਲੀ ਦਾ ਉਦਘਾਟਨ ਕੀਤਾ ਸੀ ਪ੍ਰਸ਼ਨ ਨੰਬਰ 22 ਭਾਰਤ ਵਿੱਚ ਸਭ ਤੋਂ ਪਹਿਲਾਂ ਰਾਸ਼ਟਰਪਤੀ ਸ਼ਾਸਨ ਕਿੱਥੇ ਲਾਗੂ ਹੋਇਆ ਸੀ ਤਾਂ ਕਿੱਥੇ ਲਾਗੂ ਹੋਇਆ ਸੀਗਾ ਜੀ ਸਭ ਤੋਂ ਪਹਿਲਾਂ ਭਾਰਤ ਦੇ ਵਿੱਚ ਰਾਸ਼ਟਰਪਤੀ ਸ਼ਾਸਨ ਉਹ ਹੋਇਆ ਸੀਗਾ ਜੀ অপਸ਼ਨ ਨੰਬਰ 3 ਪੈਪਸੂ ਦੇ ਵਿੱਚ 1951 ਦੇ ਵਿੱਚ ਇਹ ਲਾਗੂ ਹੋਇਆ ਸੀਗਾ ਪ੍ਰਸ਼ਨ ਨੰਬਰ 23 ਯੋਜਨਾ ਆਯੋਗ ਦਾ ਅੰਤ ਕਿਸ ਪ੍ਰਧਾਨ ਮੰਤਰੀ ਨੇ ਕੀਤਾ ਤਾਂ ਇਹਦੇ ਵਿੱਚੋਂ ਰਾਈਟ ਆਨਸਰ ਕੀ ਬਣਦਾ ਤੁਹਾਡੇ ਹਿਸਾਬ ਨਾਲ ਨਵਾਂ ਪ੍ਰਸ਼ਨ ਆਇਆ ਇਹ ਇਹ ਯੋਜਨਾ ਆਯੋਗ ਦਾ ਜਿਹੜਾ ਅੰਤ ਸੀਗਾ ਉਹ ਨਰਿੰਦਰ ਮੋਦੀ ਨੇ ਕੀਤਾ ਯੋਜਨਾ ਆਯੋਗ ਨੂੰ ਖਤਮ ਕਰਕੇ ਨੀਤੀ ਆਯੋਗ ਸੀਗਾ ਜਿਹੜਾ ਲਾਗੂ ਕੀਤਾ ਗਿਆ ਪ੍ਰਸ਼ਨ ਨੰਬਰ 24 ਰਾਜ ਸਭਾ ਦਾ ਗਠਨ ਕਿਸ ਸਾਲ ਹੋਇਆ ਕਿਸ ਸਾਲ ਹੋਇਆ ਜੀ ਰਾਜ ਸਭਾ ਦਾ ਗਠਨ ਤਾਂ ਹੀ ਹੋਇਆ ਸੀਗਾ ਜੀ 1952 ਦੇ ਵਿੱਚ ਆਪਸ਼ਨ ਨੰਬਰ 3 ਆ ਜਿਹੜਾ ਆਪਣੇ ਕੋਲ ਉਹ ਰਾਈਟ ਆ ਜੂਗਾ ਪ੍ਰਸ਼ਨ ਨੰਬਰ 25 ਭਾਰਤ ਦਾ ਜਿਹੜਾ ਕਿਹੜਾ ਰਾਜ ਹੈ ਜਿੱਥੇ ਸਮਾਨ ਸਿਵਲ ਕੋਡ ਲਾਗੂ ਹੈ ਇਸ ਪ੍ਰਸ਼ਨ ਦਾ ਜਵਾਬ ਆ ਜਿਹੜਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੇਣਾ ਹੈ ਜੀ ਇਹ ਸਨ ਜੀ ਅੱਜ ਦੇ ਆਪਣੇ ਐਮਸੀਕਿਊ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਹੈ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਜੇਕਰ ਤੁਹਾਡਾ ਕੋਈ ਸੁਝਾਅ ਆਦਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਜੀ ਐਦਾਂ ਦੀ ਅਹੀਂ ਐਜੂਕੇਸ਼ਨਲ ਵੀਡੀਓ ਦੇਖਣ ਦੇ ਲਈ ਤੁਸੀਂ ਹਾਈ ਫਾਈ ਐਗਜ਼ਾਮ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ